परिणीति चोपड़ा इन दिनी खूब सुर्खियां बटोर रही है। इसकी वजह है हाल ही वजो रिलीज हुई फिल्म चमकीला। ਤੁਹਾਨੂੰ ਦੱਸ ਦਿਆਂ ਕਿ ਚਮਕੀਲਾ ਮੂਵੀ 'ਚ ਪਰਨੀਤੀ ਨੇ ਅਮਰਜੋਤ ਦਾ ਕਿਰਦਾਰ ਨਿਭਾਇਆ ਹੈ। ਪਰਨੀਤੀ ਦੇ ਅੰਦਾਜ਼ ਨੂੰ ਫੈਨਸ ਦੇ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ, ਨਾਲੇ ਉਹਨਾਂ ਦੀ ਆਵਾਜ਼ ਨੂੰ ਵੀ। ਦੱਸ ਦਈਏ ਕਿ ਪਰਨੀਤੀ ਨੇ ਇਸ ਮੂਵੀ ਦੇ ਵਿੱਚ ਗੀਤ ਵਿੱਚ ਆਪਣੀ ਆਵਾਜ਼ ਦਿੱਤੀ ਹੈ, ਜੋ ਫੈਨਸ ਨੂੰ ਬੇਹੱਦ ਪ੍ਰਭਾਵਿਤ ਕਰ ਰਹੀ ਹੈ। ਇਸ ਵਿਚਾਲੇ ਹੀ ਪਰਨੀਤੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਫੈਨਸ ਦੇ ਲਈ ਇੱਕ ਵੀਡੀਓ, ਜਿਸ ਦੇ ਵਿੱਚ ਪਰਨੀਤੀ ਚਮਕੀਲਾ ਮੂਵੀ ਦਾ ਗਾਣਾ ਗਾਉਂਦੀ ਨਜ਼ਰ ਆ ਰਹੀ ਹੈ। ਆਓ ਤੁਹਾਨੂੰ ਸੁਣਾ ਦਿੰਦੇ ਹਾਂ ਇਸ ਗੀਤ ਦੇ ਬੋਲ। ਪਹਿਲੇ ਲਲਕਾਰ ਨਾਲ ਮੈਂ ਡਰ ਗਈ, ਦੂਜੇ ਲਲਕਾਰ ਵੇ ਅੰਦਰ ਵੜ ਗਈ, ਤੀਜੇ ਲਲਕਾਰ ਨਾਲ ਨੋ ਮੇਰਾ ਲੈ ਕੇ ਸਿੱਧਾ ਆਉਣਗੇ ਦਰਾਂ ਦੇ ਵਿੱਚ, ਵਜਿਆ ਨੀ ਪੱਟੂ ਫਿਰਦਾ ਫਿਰਦਾ ਸ਼ਰਾਬ ਨਾਲ, ਰੱਜਿਆ ਨੀ ਪੱਟੂ ਫਿਰਦਾ। ਨਾਲੇ ਅਦਾਕਾਰ ਨੇ ਕੈਪਸ਼ਨ ਦੇ ਵਿੱਚ ਲਿਖਿਆ, ਅਮਰਜੋਤ ਨੂੰ ਇੰਨਾ ਪਸੰਦ ਕਰਨ ਲਈ ਧੰਨਵਾਦ, ਜਿਸ ਦੇ ਵਿੱਚ ਉਹ ਸਾਰੇ ਮਜ਼ਾਕਿਆ ਅੰਦਾਜ਼ ਦੇ ਵਿੱਚ ਵੀ ਨਜ਼ਰ ਆਏ। ਫੈਨਸ ਦੀ ਗੱਲ ਕਰੀ ਜਾਵੇ ਤਾਂ ਇਸ ਮੂਵੀ ਦੇ ਵਿੱਚ ਪਰਨੀਤੀ ਦੇ ਕੰਮ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਫਿਲਮ ਦੇ ਵਿੱਚ ਪਰਨੀਤੀ ਨੇ ਬਹੁਤ ਸ਼ਾਨਦਾਰ ਕੰਮ ਕੀਤਾ। ਫਿਲਮ ਅਮਰ ਸਿੰਘ ਚਮਕੀਲਾ ਵਿੱਚ ਪਰਨੀਤੀ ਨੇ ਅਮਰਜੋਤ ਦਾ ਕਿਰਦਾਰ ਨਿਭਾਇਆ ਅਤੇ ਦਲਜੀਤ ਦੋਸਾਂਝ ਨਾਲ ਪਰਨੀਤੀ ਦੀ ਕੈਮਿਸਟਰੀ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਇਸ ਜੋੜੀ 'ਤੇ ਫੈਨਸ ਕਾਫ਼ੀ ਜ਼ਿਆਦਾ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਨੇ। ਫਿਲਹਾਲ ਇਸ ਮੂਵੀ ਦੇ ਦੌਰਾਨ ਸਭ ਜਾਣ ਚੁੱਕੇ ਨੇ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਦਾ ਪਹਿਲੂ ਕੀ ਸੀ। ਪਰਨੀਤੀ ਚੋਪੜਾ ਇਨ ਦਿਨੀ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਦੀ ਵਜ੍ਹਾ ਹੈ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫਿਲਮ ਚਮਕੀਲਾ। ਤੁਹਾਨੂੰ ਦੱਸ ਦਈਏ ਕਿ ਚਮਕੀਲਾ ਮੂਵੀ 'ਚ ਪਰਨੀਤੀ ਨੇ ਅਮਰਜੋਤ ਦਾ ਕਿਰਦਾਰ ਨਿਭਾਇਆ ਹੈ। ਪਰਨੀਤੀ ਦੇ ਅੰਦਾਜ਼ ਨੂੰ ਫੈਨਸ ਦੇ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ, ਨਾਲੇ ਉਹਨਾਂ ਦੀ ਆਵਾਜ਼ ਨੂੰ ਵੀ। ਦੱਸ ਦਈਏ ਕਿ ਪਰਨੀਤੀ ਨੇ ਇਸ ਮੂਵੀ ਦੇ ਵਿੱਚ ਗੀਤ ਵਿੱਚ ਆਪਣੀ ਆਵਾਜ਼ ਦਿੱਤੀ ਹੈ, ਜੋ ਫੈਨਸ ਨੂੰ ਬੇਹੱਦ ਪ੍ਰਭਾਵਿਤ ਕਰ ਰਹੀ ਹੈ। ਇਸ ਵਿਚਾਲੇ ਹੀ ਪਰਨੀਤੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਫੈਨਸ ਦੇ ਲਈ ਇੱਕ ਵੀਡੀਓ, ਜਿਸ ਦੇ ਵਿੱਚ ਪਰਨੀਤੀ ਚਮਕੀਲਾ ਮੂਵੀ ਦਾ ਗਾਣਾ ਗਾਉਂਦੀ ਨਜ਼ਰ ਆ ਰਹੀ ਹੈ। ਆਓ ਤੁਹਾਨੂੰ ਸੁਣਾ ਦਿੰਦੇ ਹਾਂ ਇਸ ਗੀਤ ਦੇ ਬੋਲ। ਪਹਿਲੇ ਲਲਕਾਰ ਨਾਲ ਮੈਂ ਡਰ ਗਈ, ਦੂਜੇ ਲਲਕਾਰ ਵੇ ਅੰਦਰ ਵੜ ਗਈ, ਤੀਜੇ ਲਲਕਾਰ ਨਾਲ ਨੋ ਮੇਰਾ ਲੈ ਕੇ ਸਿੱਧਾ ਆਉਣਗੇ ਦਰਾਂ ਦੇ ਵਿੱਚ, ਵਜਿਆ ਨੀ ਪੱਟੂ ਫਿਰਦਾ ਫਿਰਦਾ ਸ਼ਰਾਬ ਨਾਲ, ਰੱਜਿਆ ਨੀ ਪੱਟੂ ਫਿਰਦਾ। ਨਾਲੇ ਅਦਾਕਾਰ ਨੇ ਕੈਪਸ਼ਨ ਦੇ ਵਿੱਚ ਲਿਖਿਆ, ਅਮਰਜੋਤ ਨੂੰ ਇੰਨਾ ਪਸੰਦ ਕਰਨ ਲਈ ਧੰਨਵਾਦ, ਜਿਸ ਦੇ ਵਿੱਚ ਉਹ ਸਾਰੇ ਮਜ਼ਾਕਿਆ ਅੰਦਾਜ਼ ਦੇ ਵਿੱਚ ਵੀ ਨਜ਼ਰ ਆਏ। ਫੈਨਸ ਦੀ ਗੱਲ ਕਰੀ ਜਾਵੇ ਤਾਂ ਇਸ ਮੂਵੀ ਦੇ ਵਿੱਚ ਪਰਨੀਤੀ ਦੇ ਕੰਮ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਫਿਲਮ ਦੇ ਵਿੱਚ ਪਰਨੀਤੀ ਨੇ ਬਹੁਤ ਸ਼ਾਨਦਾਰ ਕੰਮ ਕੀਤਾ। ਫਿਲਮ ਅਮਰ ਸਿੰਘ ਚਮਕੀਲਾ ਵਿੱਚ ਪਰਨੀਤੀ ਨੇ ਅਮਰਜੋਤ ਦਾ ਕਿਰਦਾਰ ਨਿਭਾਇਆ ਅਤੇ ਦਲਜੀਤ ਦੋਸਾਂਝ ਨਾਲ ਪਰਨੀਤੀ ਦੀ ਕੈਮਿਸਟਰੀ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਇਸ ਜੋੜੀ 'ਤੇ ਫੈਨਸ ਕਾਫ਼ੀ ਜ਼ਿਆਦਾ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਨੇ। ਫਿਲਹਾਲ ਇਸ ਮੂਵੀ ਦੇ ਦੌਰਾਨ ਸਭ ਜਾਣ ਚੁੱਕੇ ਨੇ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਦਾ ਪਹਿਲੂ ਕੀ ਸੀ।